ਐਡਮਿੰਟਨ ਦੇ ਵਿੱਚ ਕੈਟਾਲਿਟਿਕ ਕਨਵਰਟਰ ਚੋਰੀ ਹੋ ਰਹੇ ਆ ਕੈਟਾਲਿਟਿਕ ਕਨਵਰਟਰ ਚੋਰੀ ਹੋਣ ਦਾ ਮਤਲਬ ਕੀ ਆ ਕਾਰਾਂ ਦੇ ਵਿੱਚ ਥੱਲੇ ਜਿਹੜਾ ਐਗਜ਼ੌਸ ਸਿਸਟਮ ਆ ਜਿੱਥੇ ਧੂਆਂ ਨਿਕਲਦਾ ਉਹਦੇ ਵਿੱਚ ਇੱਕ ਪੁਰਜਾ ਲੱਗਿਆ ਹੁੰਦਾ ਉਸ ਪੁਰਜੇ ਨੂੰ ਕੈਟਾਲਿਟਿਕ ਕਨਵਰਟਰ ਕਹਿੰਦੇ ਆ ਉਹ ਕੋਈ ਜਿਹੜੀਆਂ ਵੱਧ ਹਾਨੀ ਕਰਕੇ ਗੈਸਾਂ ਹੁੰਦੀਆਂ ਉਹਨੂੰ ਘੱਟ ਹਾਨੀ ਕਰਕੇ ਗੈਸਾਂ ਦੇ ਵਿੱਚ ਕਨਵਰਟ ਕਰਦਾ ਰੋਲਾ ਕੀ ਆ ਰੋਲਾ ਗੈਸਾਂ ਨੂੰ ਕਨਵਰਟ ਕਰਦਾ ਨਹੀਂ ਰੋਲਾ ਇਹ ਆ ਵੀ ਉਹ ਵਿਕਦਾ ਬਹੁਤ ਮਹਿੰਗਾ ਆ ਤੇ ਚੋਰ ਕੀ ਕਰਦੇ ਆ ਤੁਹਾਡੀ ਕਾਰ ਜੇ ਬਾਹਰ ਡਰਾਈਵ ਵਿੱਚ ਲੱਗੀ ਆ ਆ ਕੇ ਥੱਲੇ ਲੰਮੇ ਪੈਂਦੀ ਆ ਤੇ ਮਿੰਟ ਕੀ ਲਾਉਂਦੇ ਆ ਉਹ ਕੁਝ ਕੁ ਵੀਡੀਓ ਸਾਹਮਣੇ ਆਈਆਂ ਉਹਨਾਂ ਨੇ ਮਿੰਟ 2 ਮਿੰਟ ਦੇ ਵਿੱਚ ਹੀ ਆ ਕੇ ਤੇ ਉਹ ਪੁਰਜਾ ਖੋਲ੍ਹਿਆ ਤੇ ਕੱਢ ਕੇ ਲੈ ਗਿਆ ਨਵਾਂ ਪਉਣਾ ਹੋਵੇ ਕਹਿੰਦੇ ਹਜ਼ਾਰਾਂ ਡਾਲਰ ਦਾ ਪੈਂਦਾ ਕਾਰ ਦੇ ਥੱਲੇ ਉਹ ਪੁਰਜਾ ਕੈਟਾਲਿਟਿਕ ਕਨਵਰਟਰ ਤੇ ਇਹ 100 ਡਾਲਰਾਂ ਦੇ ਵਿੱਚ ਹੀ ਬਾਹਰ ਵੇਚ ਦਿੰਦੇ ਆ ਮਤਲਬ ਜੇ ਨਵਾਂ ਹਜ਼ਾਰ ਦਾ ਪੈਂਦਾ ਤੇ ਤੁਹਾਡਾ ਚੱਕ ਕੇ ਉਹਨਾਂ ਨੇ ਖੋਲ੍ਹ ਕੇ 100 ਡਾਲਰ ਚ ਵੇਚ ਦੇਣਾ ਤੇ ਉਹਨੂੰ ਖਾਪ ਹੀ ਲੈਣਾ ਤੇ ਜਿਹੜਾ ਤੁਹਾਨੂੰ ਪਉਣਾ ਪੈਣਾ ਨਵਾਂ ਉਹ ਹਜ਼ਾਰ ਡਾਲਰ ਦਾ ਪੈਣਾ ਹੁਣ ਇਹ ਬਹੁਤ ਜ਼ਿਆਦਾ ਵੱਧ ਗਈ ਅੱਛਾ ਇਹ ਕੱਲੀ ਸਮੱਸਿਆ ਇੱਥੇ ਐਡਮਿੰਟਨ ਦੀ ਨਹੀਂ ਹੈ ਇਹ ਸਮੱਸਿਆ ਸਾਰੇ ਕੈਨੇਡਾ ਦੀ ਹੈ ਇਹ ਸਮੱਸਿਆ ਅਮਰੀਕਾ ਦੀ ਵੀ ਹੈ ਅਮਰੀਕਾ ਦੇ ਵਿੱਚ ਵੀ ਸਾਰੇ ਅਮਰੀਕਾ ਦੀ ਹੈ ਕਿ ਇਹ ਚੋਰ ਥੱਲਿਓ ਕੈਟਾਲਿਟਿਕ ਕਨਵਰਟਰ ਚੋਰੀ ਕਰੀ ਜਾਂਦੇ ਆ ਹੁਣ ਐਡਮਿੰਟਨ ਦੇ ਵਿੱਚ ਇਹ ਖਾਸ ਤੌਰ ਤੇ ਪ੍ਰੋਬਲਮ ਇਸ ਕਰਕੇ ਚਰਚਾ ਦੇ ਵਿੱਚ ਆਈ ਹੈ ਕਿ ਸਰਕਾਰ ਉੱਥੋਂ ਦੀ ਕਹਿੰਦੀ ਵੀ ਸਾਡੇ ਕੋਲੋਂ ਕੁਝ ਨਹੀਂ ਹੁੰਦਾ ਇਹਦਾ ਲੋਕ ਕੁਝ ਕਰਨ ਵੀ ਅਸੀਂ 5000 ਡਾਲਰ ਦਵਾਂਗੇ ਜੇ ਕੋਈ ਇਹਦਾ ਹੱਲ ਦੱਸਵੇ ਸਾਨੂੰ ਵੀ ਕੀ ਕੀਤਾ ਜਾਵੇ ਕੋਈ ਟੈਕਨੋਲੋਜੀ ਦੀ ਖੋਜ ਕੱਢ ਦੇਵੇ ਕੋਈ ਦੱਸ ਦੇਵੇ ਨਾ ਚੋਰਾ ਨੂੰ ਫੜਨ ਦਾ ਤਰੀਕਾ ਫੜਿਆ ਕਿਦਾਂ ਜਾ ਸਕੈ ਇੰਨੀਆਂ ਕਾਰਾਂ ਦੇ ਉੱਤੇ ਨਿਗਾਹ ਕਿਦਾਂ ਰੱਖੀ ਜਾ ਸਕਦੀ ਹੈ ਉਹ ਆਉਂਦੇ ਆ ਤੇ ਕਾਰਾਂ ਬਾਹਰ ਖੜੀਆਂ ਹੁੰਦੀਆਂ ਆਮ ਤੌਰ ਦੇ ਉੱਤੇ 2 ਕੁ ਮਿੰਟ ਹੀ ਲੱਗਦੇ ਆ ਤੇ ਉਹਦੇ ਥੱਲੇ ਜਿੱਦਾਂ ਮਕੈਨਿਕ ਕਾਰ ਠੀਕ ਕਰ ਲਈ ਜਾਂਦਾ ਇਦਾਂ ਕਾਰ ਦੇ ਥੱਲੇ ਲੰਮੇ ਪੈਂਦੇ ਆ ਤੇ ਉਹਨੂੰ ਖੋਲ ਕੇ ਲੈ ਜਾਂਦੇ ਆ ਹੁਣ ਜਿਹੜੀਆਂ ਜਿਹੜੀਆਂ ਕੈਟਾਲਿਟਿਕ ਕਨਵਰਟਰਸ ਆ ਉਹਦੇ ਤੋਂ ਬਾਅਦ ਇਹਦਾ ਲੈਜਿਸਲੇਸ਼ਨ ਪਾਸ ਕਰ ਦਿੱਤਾ ਸੀ 2 ਸਾਲ ਪਹਿਲਾਂ ਬਈ ਜਿਹੜਾ ਬੰਦਾ ਵੀ ਇਹ ਚੋਰੀ ਕਰਕੇ ਕਿਤੇ ਵੇਚਦਾ ਉਹਦੀ ਆਈਡੀ ਚਾਹੀਦੀ ਆ ਇਹ ਐਵੇਂ ਨਹੀਂ ਕੋਈ ਚੱਕ ਕੇ ਜਿੱਥੇ ਮਰਜੀ ਜਿੱਧਰ ਮਰਜੀ ਵੇਚੀ ਜਾਂਦੇ ਆ ਤੇ ਉਹ ਟਰਾਂਸਫਰ ਨੂੰ ਚੈੱਕ ਕੀਤਾ ਜਾਊਗਾ ਵੀ ਕਿੱਥੋਂ ਆਇਆ ਤੇ ਕਿੱਥੇ ਗਿਆ ਸਰਕਾਰੀ ਕਿਸੇ ਵੀ ਡਾਕੂਮੈਂਟ ਦੀ ਜਿਹੜੀ ਫੋਟੋ ਆਈਡੀ ਵਾਲਾ ਡਾਕੂਮੈਂਟ ਹੋਵੇ ਉਹਦਾ ਜਿਹੜਾ ਉਹ ਚਾਹੀਦਾ ਹੈ ਪ੍ਰੂਫ ਚਾਹੀਦਾ ਹੈ 219% ਉੱਤੇ ਚਲੇ ਗਿਆ ਇਹ ਚੋਰੀ 219% ਉੱਤੇ ਨੂੰ ਚਲੇਗੀ ਇਹ ਚੋਰੀ ਐਡਵੈਂਟਨ ਪੁਲਿਸ ਕਹਿੰਦੀ ਆ ਕਿ 4797 ਕੈਟਾਲਿਟਿਕ ਕਨਵਰਟਰ ਦੀਆਂ ਚੋਰੀਆਂ ਰਿਪੋਰਟ ਕੀਤੀਆਂ ਗਈਆਂ ਪਿਛਲੇ ਸਾਲ ਜਿਹੜੀਆਂ ਕਿ ਔਰ ਉਹਨਾਂ ਦੇ ਵਿੱਚੋਂ ਅਲਬਰਟ ਜਿਹੜਾ ਐਡਮਿੰਟਨ ਦੇ ਵਿੱਚ ਦੱਸਦੇ ਆ ਕਿ ਇਹ ਇੰਨੀਆਂ ਚੋਰੀਆਂ ਜਿਹੜੀਆਂ ਪੂਰੇ ਅਲਬਰਟਾ ਦੇ ਵਿੱਚ 4797 ਚੋਰੀਆਂ ਹੋਈਆਂ ਜਿਹਦੇ ਚੋਂ 55% ਕੱਲੇ ਐਡਮਿੰਟਨ ਦੇ ਵਿੱਚ ਹੋਈਆਂ ਐਡਮਿੰਟਨ ਪੁਲਿਸ ਸਰਵਿਸਿਜ਼ ਕਹਿੰਦੀ ਆ ਕਿ ਉਹਨਾਂ ਨੇ ਪਹਿਲਾਂ ਹੀ ਏਡਾ ਵੱਡਾ ਪਿਛਲੇ 6 ਮਹੀਨਿਆਂ ਦੇ ਵਿੱਚ ਵਾਧਾ ਇਹਦੇ ਵਿੱਚ ਦੇਖ ਲਿਆ ਔਰ ਇਹ ਸਾਰੇ ਕੁਝ ਦੇ ਲਈ ਜਿਹੜਾ ਕਿਉਂਕਿ ਖਰਚਾ ਤੇ ਸਾਰਾ ਲੋਕਾਂ ਤੇ ਵੀ ਪੈਣਾ ਇਹ 13 ਮਿਲੀਅਨ ਡਾਲਰ ਖਰਚਾ ਆ ਚੁੱਕਾ ਇਹ ਜਿਹੜੀ ਇਹਨਾਂ ਚੋਰੀਆਂ ਨਾਲ ਸੰਬੰਧਿਤ ਜੋ ਵੀ ਸਾਰਾ ਖਰਚਾ ਹੋਊਗਾ ਰਲਾ ਮਲਾ ਕੇ ਔਰ ਲਗਾਤਾਰ ਸ਼ਹਿਰ ਦੇ ਵਿੱਚ ਇਹਨੂੰ 219% ਵਾਧਾ ਹੋਣਾ ਤੇ ਜਿਹੜੇ ਉਹਨੂੰ ਕੁਝ ਫੜੇ ਵੀ ਆ ਪੁਲਿਸ ਨੇ ਇੱਕ 42 ਸਾਲਾ ਔਰਤ ਨੂੰ ਫੜਿਆ ਸੀ ਫੋਰਸ ਸਕੈਚ ਬੰਦੀ ਤੇ 39 ਸਾਲਾ ਇੱਕ ਵਿਅਕਤੀ ਨੂੰ ਫੜਿਆ ਸੀ ਸੇਂਟ ਅਲਬਰਟ ਦਾ ਉਹਨਾਂ ਦੇ ਉੱਤੇ ਚਾਰਜ ਲੱਗੇ ਆ ਤੇ ਉਹਨਾਂ ਦਾ ਕੁਝ ਨਾ ਕੁਝ ਅੱਗੇ ਹੋ ਕੀਤਾ ਜਾ ਰਿਹਾ ਪਰ ਮਾਮਲਾ ਇਹ ਆ ਕਿ ਇਹ ਰੁਕ ਨਹੀਂ ਰਿਹਾ ਹੁਣ ਕੀ ਹੋਇਆ ਕਿ ਐਡਮਿੰਟਨ ਪੁਲਿਸ ਸਰਵਿਸ ਤੇ ਐਡਮਿੰਟਨ ਪੁਲਿਸ ਫਾਊਂਡੇਸ਼ਨ ਜਿਹੜੀ ਆ ਉਹਨਾਂ ਦੋਹਾ ਨੇ 50000 ਡਾਲਰ ਦਾ ਇੱਕ ਮਤਲਬ ਕਹਿ ਲਓ ਵੀ ਇਨਾਮ ਰੱਖ ਦਿੱਤਾ ਜਿਹਨੂੰ ਚੈਲੰਜ ਰੱਖ ਦਿੱਤਾ ਇਹਨੂੰ ਕਹਿੰਦੇ ਕੈਟਾਲਿਟਿਕ ਕਨਵਰਟਰ ਚੈਲੰਜ ਗੋਲ ਕੀ ਆ ਕਿ ਪੁਲਿਸ ਕਹਿੰਦੀ ਐ ਸਾਨੂੰ ਆਈਡੀਆ ਦੱਸੋ ਸਾਨੂੰ ਟੈਕਨੋਲੋਜੀ ਦੱਸੋ ਸਾਨੂੰ ਖੋਜ ਕੋਈ ਦੱਸੋ ਜਿਹਦੇ ਨਾਲ ਪਬਲਿਕ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਸੋ ਤੁਹਾਡੇ ਕੋਲ ਜੇ ਕੋਈ ਹੱਲ ਹੈਗਾ ਇਹਦਾ ਵੀ ਚੋਰਾਂ ਨੂੰ ਕਿੱਦਾਂ ਫੜਿਆ ਜਾ ਸਕਦਾ ਕੋਈ ਤਰੀਕਾ ਹੈਗਾ ਤੇ ਜੇ ਤੁਸੀਂ ਸੀਸੀਟੀਵੀ ਕੈਮਰੇ ਲੱਗੇ ਆ ਤੇ ਕੈਮਰੇ ਤੇ ਉਹ ਹੁੱਡੀ ਪਾ ਕੇ ਆਉਂਦੇ ਆ ਲੈ ਜਾਂਦੇ ਤੇ ਉੱਥੇ ਕੈਮਰੇ ਚੋਂ ਲੱਭਦਾ ਕੁਛ ਨਹੀਂ ਤੁਹਾਡੇ ਕੋਲ ਕੋਈ ਤਰੀਕਾ ਹੈਗਾ ਵੀ ਇਹਨਾਂ ਕੈਟਾਲਿਟਿਕ ਕਨਵਰਟਰ ਨੂੰ ਚੋਰੀ ਕਰਨ ਤੋਂ ਕਿਦਾਂ ਰੋਕਿਆ ਜਾ ਸਕਦਾ ਹੈ ਪੁਲਿਸ ਨਾਲ ਗੱਲ ਕਰੋ ਹੋ ਸਕਦਾ 50 ਤੁਹਾਨੂੰ ਮਿਲ ਜਵੇ ਤੇ ਇਹ ਜਿਹੜਾ ਮਿਲੀਨੀਅਮ ਇੰਸ਼ੋਰੈਂਸ ਕਾਰਪੋਰੇਸ਼ਨ ਆ ਉਹਨੇ ਬੇਸਿਕਲੀ ਕਹਿੰਦੇ ਦੇਣਾ ਆ ਤੇ ਉੱਥੋਂ ਦੇ ਜਿਹੜੇ ਈਪੀਐਸ ਦੇ ਚੀਫ ਨੇ ਡੇਲ ਮੈਕਫੀ ਤੇ ਜਿਹੜੇ ਐਡਵੈਂਟਨ ਪੁਲਿਸ ਫਾਊਂਡੇਸ਼ਨ ਦੇ ਚੇਅਰ ਨੇ ਆਸ਼ਿਫ ਮੌਜੀ ਪੌਲ ਜੋਰਜਰੀ ਉਹਨਾਂ ਨੇ ਕਿਹਾ ਕਿ ਜਿਹੜੀ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਅਲਰਟ ਆਇਆ ਉਹਨਾਂ ਨੇ ਇਹ ਅਨਾਉਂਸ ਕੀਤਾ ਆ ਅੱਜ ਬੁੱਧਵਾਰ ਸਵੇਰੇ ਕਿ ਸਾਨੂੰ ਕੋਈ ਨਾ ਕੋਈ ਇਦਾਂ ਦਾ ਇਹਨੂੰ ਚੋਰੀ ਕਰਨ ਤੋਂ ਰੋਕਣ ਦੇ ਲਈ ਕੁਛ ਨਾ ਕੁਛ ਇਹਨੂੰ ਬਣਾਉਣਾ ਪਊਗਾ ਕਿਉਂਕਿ ਇਹ ਬਹੁਤ ਕਾਸਟਲੀ ਆ ਗਾਂਹ ਜਾ ਕੇ ਕਿਤੇ ਵੇਚਿਆ ਜਾਂਦਾ ਪਰ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੇ ਚੋਰੀ ਕਰ ਰਹੇ ਆ ਉਹ ਚੋਰੀ ਕਰਕੇ ਵੇਚ ਵੀ ਕਿਤੇ ਰਹੇ ਆ ਇਹਦਾ ਮਤਲਬ ਇੱਥੇ ਖਰੀਦਣ ਵਾਲੇ ਵੀ ਹੈਗੇ ਆ ਦੋ ਨੰਬਰ ਦਾ ਸਮਾਨ ਤੇ ਦੋ ਨੰਬਰ ਦਾ ਸਮਾਨ ਗਾਂ ਕੈਟਾਲਿਟ ਕਨਵਰਟਰ ਕਾਰਾਂ ਦੇ ਵਿੱਚ ਪਾਉਣ ਵਾਲੇ ਵੀ ਹੈਗੇ ਆ ਪੂਰੇ ਦਾ ਪੂਰਾ ਨੈਟਵਰਕ ਆ ਇਹਨੂੰ ਤੋੜਨ ਦਾ ਪੁਲਿਸ ਯਤਨ ਕਰ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ